ਜਨਾਬ ਇੱਥੇ ਹੁਣ ਮਾਛੀਵਾੜਾ ਇਲਾਕੇ 'ਚ ਪੈਂਦੇ ਓਰੀਐਂਟ ਇੰਟਰਨੈਸ਼ਨਲ ਸਕੂਲ ਤੋਂ ਸਾਹਮਣੇ ਆਏ ਮਾਮਲਾ ਸੁਣ ਕੇ ਜਿਵੇਂ ਸਿਰ ਹੀ ਚਕਰਾ ਜਾਂਦਾ ਹੈ। ਜਿੱਥੇ ਤੁਹਾਡੇ ਸਾਹਮਣੇ ਤਸਵੀਰ ਹੈ ਸਕੂਲ 'ਚ ਪੜ੍ਹਦੇ ਇੱਕ ਨੌਜਵਾਨ ਗੁਰਸ਼ਰਨਦੀਪ ਸਿੰਘ ਦੀ, ਜੋ ਪਿੰਡ ਰਾਮਪੁਰ ਤਹਿਸੀਲ ਚਮਕੌਰ ਸਾਹਿਬ ਦਾ ਰਹਿਣ ਵਾਲਾ ਸੀ। ਅਤੇ ਸਕੂਲ ਦੇ ਨਾਲ ਟੂਰ 'ਤੇ ਨੌਜਵਾਨ ਪਿਛਲੇ ਮਹੀਨੇ ਯੂਰਪ ਦੇ ਬੈਲਜੀਅਮ ਗਿਆ ਸੀ ਅਤੇ ਉੱਥੋਂ ਗਾਇਬ ਹੀ ਹੋ ਗਿਆ। ਮੁੜ ਕੇ ਨਾ ਤਾਂ ਮਾਪਿਆਂ ਨੂੰ ਮਿਲਿਆ ਨਾ ਸਕੂਲ ਵਾਲਿਆਂ ਨੂੰ। ਹਾਲਾਂਕਿ ਵੀਜ਼ਾ ਇੱਥੇ ਸਟੂਡੈਂਟਾਂ ਦੇ ਗਰੁੱਪ ਦਾ ਸੀ, ਪਰ ਲੱਗਿਆ ਇਕੱਲੇ ਗੁਰਸ਼ਨਦੀਪ ਅਤੇ ਟੀਚਰਾਂ ਦਾ ਹੀ। ਹੁਣ ਇੱਥੇ ਹੱਦ ਸੁਣੋ, ਜਿੱਥੇ ਇਸ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਗੁਰਸ਼ਰਨਦੀਪ ਨੂੰ ਅਮਰੀਕਾ ਲਿਜਾਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਮੁੰਡੇ ਨੂੰ ਮੈਕਸੀਕੋ ਦੇ ਰਾਸਤੇ ਅਮਰੀਕਾ ਪਹੁੰਚਾਉਣ ਦੇ ਲਈ ਕਰੀਬ 28 ਲੱਖ 'ਚ ਗੱਲ ਪੱਕੀ ਹੋਈ ਸੀ, ਪਰ ਮੁੰਡਾ ਸਕੂਲ ਵਾਲਿਆਂ ਨੇ ਯੂਰਪ ਲਿਜਾ ਕੇ ਗਾਇਬ ਹੀ ਕਰਵਾ ਦਿੱਤਾ। ਸਾਡੇ ਨਾਲ ਇਹਨਾਂ ਦੀ ਗੱਲ ਹੋਈ ਸੀ ਅਮਰੀਕਾ ਪਹੁੰਚਣ ਦੀ। ਅੱਛਾ ਜੀ। ਇਹ ਪਹਿਲਾਂ ਇਹਨਾਂ ਨੇ ਲਾਇਆ ਅਮਰੀਕਾ ਦਾ, ਇਹਨਾਂ ਦਾ ਰਿਫਿਊਜ਼ ਲੱਗ ਗਿਆ ਜੀ। ਫਿਰ ਇਹਨਾਂ ਨੇ ਕਿਹਾ ਵੀ ਤੁਹਾਨੂੰ ਯੂਰਪ ਘੁੰਮਾ ਕੇ ਅਸੀਂ ਛੱਡ ਕੇ ਆਵਾਂਗੇ, ਵੀ ਅਮਰੀਕਾ ਦਾ ਵੀਜ਼ਾ ਉੱਥੇ ਮੈਕਸੀਕੋ ਦੇ ਨੂੰ ਕੰਧ ਟਪਾਵਾਂਗੇ। ਇਹ ਲੈ ਗਏ ਯੂਰਪ ਨੂੰ, ਸਾਡੇ ਤੋਂ 10 ਲੱਖ ਰੁਪਏ ਇਹਨਾਂ ਨੇ ਨਕਦ ਲੈ ਲਿਆ ਪੇਮੈਂਟ, ਅਤੇ ਬਾਕੀ ਅਸੀਂ ਇਹਨਾਂ ਨੂੰ 6,60,000 ਦੇ ਚੈੱਕ ਦੇ ਦਿੱਤੇ। ਬਾਕੀ ਪੇਮੈਂਟ ਅਸੀਂ ਜਦ ਇਹਨਾਂ ਨੇ ਕੰਧ ਟਪਾਉਣੀ ਸੀ ਮੈਕਸੀਕੋ ਤੋਂ ਫਿਰ ਕਰਨੀ ਸੀ। ਕਿੰਨੇ ਟੋਟਲ ਪੈਸੇ ਦਾ ਹੋਈ ਸੀ ਤੁਹਾਡੀ ਗੱਲ? 28 ਲੱਖ 'ਚ ਗੱਲ ਹੋਈ ਸੀ ਸਾਡੀ। 28 ਲੱਖ 'ਚ ਗੱਲ? ਹਾਂਜੀ, ਅਮਰੀਕਾ ਪਹੁੰਚਾਉਣ। ਇਹ ਕਿਹਨੇ ਪ੍ਰਿੰਸੀਪਲ ਵੱਲੋਂ ਕੀਤੀ ਗਈ ਸੀ ਗੱਲ? ਹਾਂਜੀ, ਬਿਕਰਮ ਸ਼ਰਮਾ ਜੀ। ਅਤੇ ਕਿੰਨੇ ਜਣੇ ਗਏ ਸੀ ਟੂਰਿਸਟ ਵੀਜ਼ੇ 'ਤੇ? ਟੂਰਿਸਟ 3 ਜਣੇ ਗਏ ਸੀ। 2 ਹੋਰ ਸਟੂਡੈਂਟ ਸੀ, ਕੌਣ ਸੀਗੇ? ਟੀਚਰ ਸੀ, ਟੀਚਰ ਦੇ ਜੀ 2। ਇਹ ਇਕੱਲਾ ਹੀ ਗਿਆ ਸੀਗਾ ਮੁੰਡਾ? ਹਾਂਜੀ, ਇਕੱਲਾ ਹੀ ਗਿਆ। ਹੁਣ ਤੱਕ ਕਿੰਨੇ ਪੈਸੇ ਦੇ ਦਿੱਤੇ ਅਤੇ ਕਿੰਨਾ ਚੈੱਕ ਦਿੱਤਾ ਇਹਨਾਂ ਨੂੰ ਤੁਸੀਂ? 10 ਲੱਖ ਰੁਪਏ ਅਤੇ 6,60,000 ਦੇ ਚੈੱਕ ਦੇ ਦਿੱਤੇ। ਇਹ ਬੈਲਜੀਅਮ ਛੱਡ ਕੇ ਉਹਨੂੰ ਹੋਟਲ 'ਚ ਵੀ, ਤੈਨੂੰ ਨਵਾਂ ਬੰਦਾ ਲੈਣ ਆਊਗਾ ਕੋਈ ਹੋਰ ਏਜੰਟ ਆਊਗਾ ਕੋਈ ਵੀ, ਉਹ ਉਹਨੂੰ ਉੱਥੋਂ ਪਤਾ ਨਹੀਂ ਕਿੱਦਾਂ ਮੇਰੇ ਭਰਾ ਕੋਲ ਕਿਵੇਂ ਪਹੁੰਚਿਆ। ਇਹ ਉਹਨੂੰ ਛੱਡ ਕੇ ਆਪ ਤਾਂ ਆ ਗਏ, ਕਹਿੰਦੇ ਤੈਨੂੰ ਬੰਦਾ ਲੈਣ ਆਊਗਾ, ਬੰਦਾ ਕੋਈ ਨਹੀਂ ਪਹੁੰਚਿਆ ਉੱਥੇ ਲੈਣ ਨੂੰ। ਉਧਰ ਇੱਕ ਗੱਲ ਹੋਰ ਵੀ ਹੈ ਕਿ ਗੁਰਸ਼ਰਨਦੀਪ ਦੀ ਆ ਬੀਤੇ ਮਹੀਨੇ ਗਾਇਬ ਹੋਣ ਦੇ ਬਾਅਦ ਇੱਕ ਫੋਟੋ ਵੀ ਸਾਹਮਣੇ ਆਈ ਸੀ ਫੇਸਬੁੱਕ ਤੇ ਰਾਹੀਂ। ਫੋਟੋ 'ਚ ਨਾਲ ਵੀ ਹੋਰ ਮੁੰਡੇ ਸੀ, ਲਿਖਿਆ ਸੀ ਕਿ ਫੁੱਲ ਇੰਜੋਏ ਵਿਦ ਬ੍ਰਦਰਸ ਇਨ ਸਪੇਨ ਬਾਰਸੀਲੋਨਾ। ਅਤੇ ਤੁਹਾਨੂੰ ਦੱਸ ਦਈਏ ਕਿ ਸਪੇਨ ਵੀ ਯੂਰਪ ਦਾ ਇੱਕ ਦੇਸ਼ ਹੈ। ਹੁਣ ਗੁਰਸ਼ਰਨਦੀਪ ਇੱਥੇ ਕਿਵੇਂ ਪਹੁੰਚਿਆ ਆਪਣੇ ਰਿਸ਼ਤੇਦਾਰ ਕੋਲ, ਕਿਵੇਂ ਉਸਦਾ ਫੋਨ ਅਤੇ ਉਸਦੇ ਯੂਰੋ ਖੋਏ ਗਏ, ਇਸ ਦੇ ਬਾਰੇ ਵੀ ਤੁਸੀਂ ਉਸਦੇ ਭਰਾ ਤੋਂ ਹੀ ਸੁਣ ਲਓ। ਬ੍ਰਦਰ ਫੋਟੋ ਆਈ ਹੋਈ ਆ ਫੇਸਬੁੱਕ 'ਤੇ, ਫੋਟੋ ਪਾਈ ਆ ਉਹਦੇ ਭਰਾ ਨਾਲ, ਉਹ ਕੀ ਭਰਾ ਕੋਲ ਕਿਵੇਂ ਪਹੁੰਚਿਆ ਉੱਥੇ? ਉਹ ਹੁਣ ਪਤਾ ਨਹੀਂ ਉਹਨੂੰ ਪਤਾ ਕਿਵੇਂ ਗਿਆ ਉਹਦੇ ਕੋਲ। ਤਾਂ ਇਹਨਾਂ ਨੇ ਆਈਫੋਨ ਮੈਕਸ ਫੋਨ ਵੀ ਖੋਲ ਲਿਆ ਏਅਰਪੋਰਟ 'ਤੇ, ਅਤੇ ਉਹਦੇ ਕੋਲ 2,000 ਰੁਪਏ ਯੂਰੋ 'ਤੇ, ਉਹ ਪੈਸੇ ਵੀ ਖੋਲ ਲਿਆ ਉਹਦੇ। ਅੱਛਾ, ਹਾਂਜੀ। ਅਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹੁਣ ਕਹਿਣਾ ਚਾਹੁੰਦੇ ਹਾਂ ਬਾਕੀ ਇਹਨਾਂ ਪਰ ਅਸੀਂ ਕੇਸ ਕਰਤਾ, ਹੁਣ ਇਹਨਾਂ ਕੋਲ ਸੰਮਣ ਪਹੁੰਚਣ ਵਾਲੇ ਹਾਂ, ਇਹ ਜਿਹੜੀ ਸਾਡੇ ਨਾਲ ਇਹਨੇ ਧੱਕਾ ਕਰਿਆ ਇਹਨਾਂ ਨੂੰ ਪਤਾ ਲੱਗ। ਹੁਣ ਇੱਥੇ ਆਉਂਦੇ ਹਾਂ ਸਿਰ ਘੁਮਾਉਣ ਵਾਲੀ ਗੱਲ 'ਤੇ, ਜਿੱਥੇ ਸਕੂਲ ਵਾਲਿਆਂ ਨੇ ਪ੍ਰਿੰਸੀਪਲ ਅਤੇ ਨਾਲ ਗਏ ਗੁਰਸ਼ਰਨਦੀਪ ਦੇ ਟੀਚਰ ਦਾ ਵੀ ਇਹੀ ਕਹਿਣਾ ਸੀ ਕਿ ਗੁਰਸ਼ਰਨਦੀਪ ਯੂਰਪ ਪਹੁੰਚ ਕੇ ਉਹਨਾਂ ਨਾਲ ਗੇਮ ਖੇਡ ਗਿਆ। ਜਦੋਂ ਟੀਚਰ ਤਿਆਰ ਹੁੰਦੇ ਸੀ ਤਾਂ ਉਸਨੇ ਪਾਸਪੋਰਟਾਂ ਅਤੇ ਪੈਸਿਆਂ ਯੂਰੋ ਨਾਲ ਭਰਿਆ ਬੈਗ ਹੋਟਲ ਦੇ ਕਮਰੇ 'ਚ ਚੁੱਕ ਲਿਆ ਅਤੇ ਫਰਾਰ ਹੋ ਗਿਆ। ਉਹਨਾਂ ਦਾ ਟੂਰ ਬਸ ਬੈਲਜੀਅਮ ਜਾਣ ਤੱਕ ਦਾ ਹੀ ਸੀ ਅਤੇ ਪਰਿਵਾਰ ਵਾਲੇ ਉਹਨਾਂ ਦੇ ਖਿਲਾਫ ਝੂਠੀ ਕਹਾਣੀ ਬਣਾ ਰਹੇ ਨੇ। ਉਹਨਾਂ ਨੇ ਕੋਈ ਪੈਸੇ ਨਹੀਂ ਲਏ, ਬਲਕਿ ਜਿਹੜੇ ਟ੍ਰਿਪ ਦੇ ਵੀ ਪੈਸੇ ਸੀ ਉਹ ਵੀ ਪਰਿਵਾਰ ਵੱਲ ਬਕਾਇਆ ਪਏ ਨੇ। ਸਰ, ਇਹ ਮੇਰੇ ਨਾਲ ਸਰਾਸਰ ਝੂਠਾ ਇਲਜ਼ਾਮ ਹੈ ਜੋ ਕਿ ਉਹ ਆਪਣੀ ਨਵੀਂ ਸਟੋਰੀ ਬਣਾ ਰਹੇ ਨੇ। ਇਹ ਤੁਸੀਂ ਸਾਡੇ ਸਕੂਲ ਦੇ ਬਾਕੀ ਪੇਰੈਂਟਸ ਤੋਂ ਵੀ ਪਤਾ ਕਰ ਸਕਦੇ ਹੋ ਕਿ ਸਕੂਲ ਦਾ ਉਦੇਸ਼ ਸਿਰਫ ਬੈਲਜੀਅਮ ਯੂਰਪ ਜਾਣ ਦਾ ਸੀਗਾ, ਹੋਰ ਕਿੱਥੇ ਜਾਣ ਦਾ ਨਹੀਂ ਸੀਗਾ, ਜੋ ਕਿ ਸਾਰੇ ਪੇਰੈਂਟਸ ਨਾਲ ਡਿਸਕਸ ਕੀਤਾ ਗਿਆ। ਜ਼ਿੰਮੇਵਾਰੀ ਜਿਹੜੀ ਤੁਹਾਡੀ ਸੀ ਉਹਨਾਂ ਨੂੰ ਲੈ ਕੇ ਜਾਣ ਦੀ, ਲੈ ਕੇ ਆਉਣ ਦੀ, ਅਤੇ ਜਿਹੜੇ 12-11 ਪੇਰੈਂਟਸ ਦਾ ਵੀਜ਼ਾ ਬੱਚਿਆਂ ਦਾ ਨਹੀਂ ਲੱਗਿਆ, ਉਹ ਬੱਚੇ ਕਿਹੜੇ ਕਿਹੜੇ ਪਿੰਡਾਂ ਦੇ ਸੀ? ਸਰ, ਉਹ ਮਾਛੀਵਾੜੇ ਦੇ ਹੀ ਲੋਕਲ ਪਿੰਡਾਂ ਦੇ ਹੀ ਸੀ ਜੋ ਕਿ ਅਲੱਗ ਅਲੱਗ ਜਗ੍ਹਾ ਤੋਂ ਆਉਂਦੇ, ਕੋਈ ਇੱਕ ਪਰਟੀਕੁਲਰ ਪਿੰਡ ਦੇ ਨਹੀਂ ਸੀ, ਸਾਰੇ ਅਲੱਗ ਅਲੱਗ ਪਿੰਡ ਤੋਂ ਸਾਡੇ ਕਾਫੀ ਪੁਰਾਣੇ ਬੱਚੇ ਸੀ।
ਉਹ ਕਹਿੰਦੇ ਨੇ ਜ਼ਿੰਮੇਵਾਰੀ ਇਹਨਾਂ ਦੇ ਸਕੂਲ ਵਾਲਿਆਂ ਦੀ ਸੀ ਜ਼ਿੰਮੇਵਾਰੀ ਉੱਥੇ ਸੀ ਜਦਕਿ ਉਹ ਹੋਟਲ ਦੇ ਵਿੱਚ ਜਿਸ ਟਾਈਮ ਮੈਂ ਸਵੇਰੇ ਤਿਆਰ ਹੋ ਰਿਹਾ ਸੀਗਾ ਅਤੇ ਉਸ ਟਾਈਮ ਉਹ ਬੱਚੇ ਨੇ ਬੈਗ ਦੇ ਵਿੱਚੋਂ ਸਾਡੇ ਵੀ ਪਾਸਪੋਰਟ ਅਤੇ ਪੈਸੇ ਕੱਢ ਕੇ ਭੱਜ ਗਿਆ ਜਿਹਦੀ ਰਿਪੋਰਟ ਮੈਂ ਉੱਥੇ ਬੈਲਜੀਅਮ ਪੁਲਿਸ ਨੂੰ ਵੀ ਕੀਤੀ ਤੁਸੀਂ ਉੱਥੋਂ ਵੀ ਤਫਤੀਸ਼ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਜਦੋਂ ਸਾਨੂੰ ਇੱਦਾਂ ਹੋਇਆ ਅਤੇ ਸਾਡੇ ਪਾਸਪੋਰਟ ਨਹੀਂ ਮਿਲੇ ਫਿਰ ਬੈਲਜੀਅਮ ਪੁਲਿਸ ਨੇ ਸਾਨੂੰ ਇੰਡੀਅਨ ਅੰਬੈਸੀ ਭੇਜਿਆ ਇੰਡੀਅਨ ਅੰਬੈਸੀ ਤੋਂ ਵੀ ਤੁਸੀਂ ਪਤਾ ਕਰ ਸਕਦੇ ਹੋ ਇੰਡੀਅਨ ਅੰਬੈਸੀ ਨੇ ਸਾਡੀ ਬਹੁਤ ਮਦਦ ਕੀਤੀ ਉਸ ਸਰ ਅਸੀਂ ਇਸਦੇ ਰਿਲੇਟਡ ਜਿਹੜੀ ਕੰਪਲੇਂਟ ਆ ਉਹ ਉਹਨਾਂ ਦੀ ਅੰਬੈਸੀਆਂ ਨੂੰ ਵੀ ਭੇਜ ਦਿੱਤੀ ਗਈ ਹੈ ਅਤੇ ਜਦੋਂ ਸਾਨੂੰ ਉੱਥੋਂ ਦੀ ਅਗਲੀ ਅਪਡੇਟ ਆਉਂਦੀ ਤਾਂ ਅਸੀਂ ਤੁਹਾਨੂੰ ਵੀ ਅਪਡੇਟ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਸਰ ਮੋਰ ਦੈਨ 15 ਦਿਨ ਹੋ ਗਏ ਨੇ ਜਿਹੜੇ ਅਸੀਂ ਉਹਨਾਂ ਨੂੰ ਖਬਰ ਕਰ ਚੁੱਕੇ ਹਾਂ ਅਤੇ ਉੱਥੇ 6 ਸਤੰਬਰ ਨੂੰ ਮੈਂ ਉੱਥੇ ਪੁਲਿਸ ਦੀ ਕੰਪਲੇਂਟ ਵੀ ਆਪ ਉੱਥੇ ਕਰਕੇ ਆਇਆ ਬੈਲਜੀਅਮ 'ਚ ਰਹਿੰਦੇ ਹੋ 15 ਦਿਨ 'ਚ ਤੁਹਾਡੇ ਨਾਲ ਕੋਈ ਤਾਲਮੇਲ ਨਹੀਂ ਹੋਇਆ ਉਹਨਾਂ ਦਾ ਅਜੇ ਤੱਕ ਅਸੀਂ ਵੇਟ ਕਰ ਰਹੇ ਹਾਂ ਸਕੂਲ ਦੇ ਸਾਡੇ 12 ਬੱਚਿਆਂ ਨੇ ਅਪਲਾਈ ਕੀਤਾ ਸੀ ਯੂਰੋਪ ਟ੍ਰਿਪ ਵਾਸਤੇ ਔਰ 2 ਟੀਚਰ ਸੀ ਜਿਹੜਾ ਇੱਕ ਬੱਚਾ 11 ਬੱਚੇ ਮਾਈਨਰ ਸੀ ਜਿਨ੍ਹਾਂ ਦਾ ਵੀਜ਼ਾ ਹੋਲਡ ਹੋ ਗਿਆ ਸੀ ਔਰ 3 ਜਣਿਆਂ ਨੂੰ ਵੀਜ਼ਾ ਮਿਲ ਗਿਆ ਸੀ ਯੂਰੋਪ ਦਾ ਔਰ ਅਸੀਂ 2 ਤਰੀਕ ਇੱਥੋਂ ਗਏ ਸੀ 7 ਤਰੀਕ ਸਾਡੀ ਵਾਪਸੀ ਸੀ ਔਰ 6 ਤਰੀਕ ਨੂੰ ਬੱਚਾ ਗੁਰਸ਼ਰਨ ਜਿਹੜੇ ਇੱਥੇ ਆਪਣਾ ਵਿਲੇਜ ਸ਼ੇਰੀਆਂ ਤੋਂ ਸੀ ਉਹਨੇ ਉੱਥੋਂ ਜਿਹੜੇ ਸਕੂਲ ਦੇ ਟੀਚਰ ਸੀ ਇੱਕ ਬੈਗ ਦੇ ਵਿੱਚ ਹੀ ਪੈਸੇ ਸੀ ਸਾਰੇ ਪਾਸਪੋਰਟ ਸੀ ਇਹ ਜਦੋਂ ਸਵੇਰੇ ਤਿਆਰ ਹੋ ਰਹੇ ਸੀ ਉਹਨੇ ਬੈਗ ਵਿੱਚੋਂ ਪੈਸੇ ਵੀ ਚੱਕੇ ਪਾਸਪੋਰਟ ਵੀ ਚੱਕੇ ਔਰ ਭੱਜ ਗਿਆ ਫਿਰ ਇਹਨਾਂ ਨੇ ਉੱਥੇ ਪੁਲਿਸ ਨੂੰ ਕੰਪਲੇਂਟ ਕੀਤੀ ਪੁਲਿਸ ਨੇ ਅੰਬੈਸੀ ਭੇਜਤਾ ਇੱਕ 1.5 ਘੰਟੇ ਬਾਅਦ ਅੰਬੈਸੀ ਤੋਂ ਫੋਨ ਆਇਆ ਹੋਟਲ ਤੋਂ ਫੋਨ ਆਇਆ ਕਿ ਉੱਥੇ ਕੋਈ ਪਾਸਪੋਰਟ ਫੜਾ ਗਿਆ ਔਰ ਪੈਸੇ ਸੀ ਜਿਹੜੇ $1000 ਸੀ 1550 ਯੂਰੋ ਸੀ ਜਿਹੜੇ ਉਹ ਨਹੀਂ ਉਹਨੇ ਉਹ ਵਾਪਸ ਕੀਤੇ ਔਰ ਉੱਥੇ ਫਿਰ ਪਤਾ ਲੱਗਿਆ ਕਿ ਵਟਸਐਪ ਤੋਂ ਸਾਨੂੰ ਉਹਦਾ ਭਰਾ ਉਹਨੂੰ ਉੱਥੋਂ ਲੈ ਗਿਆ ਜਿਹੜਾ ਕਿ ਉਹ ਵੀ 2 ਨੰਬਰ ਦੇ ਵਿੱਚ ਉੱਥੇ ਇਟਲੀ 'ਚ ਰਹਿ ਰਿਹਾ ਸੀ ਵੀ ਉਹ ਕਹਿੰਦੇ ਸੀ ਅਮੈਰੀਕਾ ਪਹੁੰਚਾਉਣਾ ਵਾ ਅਤੇ 28 ਲੱਖ ਰੁਪਇਆ ਲਿੱਤਾ ਜਿਹਦੇ ਵਿੱਚ ਉਹਨਾਂ ਨੇ ਕੈਸ਼ ਵੀ ਤੁਹਾਨੂੰ ਪੇਮੈਂਟ ਦਿੱਤੀ ਅਤੇ ਚੈੱਕ ਵੀ ਦਿੱਤੇ ਨੇ ਕੁਛ 3 ਕੋਈ ਉਹਨਾਂ ਨੇ ਸਾਨੂੰ ਚੈੱਕ ਨਹੀਂ ਦਿੱਤੇ ਜਿਹੜੀ ਵੀ ਪੇਮੈਂਟ ਵੀ ਹਲੇ ਉਹਨਾਂ ਦੀ ਬਕਾਇਆ ਰਹਿੰਦੀ ਹੈ 1,20,000 ਰੁਪਇਆ ਉਹਨਾਂ ਦਾ ਬਕਾਇਆ ਵੀ ਰਹਿੰਦਾ ਸੀ ਹਲੇ ਨਾ ਉਹਨਾਂ ਨੇ ਬਕਾਇਆ ਦਿੱਤਾ ਸਾਨੂੰ ਅਤੇ ਇਹ ਪਲਾਨ ਉਹਨਾਂ ਦਾ ਬ੍ਰਦਰ ਉੱਥੇ ਸੀ ਉਹਨਾਂ ਨੇ ਪਲਾਨ ਕੀਤਾ ਕੋਈ USA ਦਾ ਕੋਈ ਪ੍ਰੋਬਲਮ ਨਹੀਂ ਸੀ ਮੋਬਾਈਲ ਸਭ ਤੋਂ ਖੋਏ ਉਹ ਤੋਂ ਮੋਬਾਈਲ ਵੀ ਖੋਇਆ ਗਿਆ ਅਤੇ ਪੈਸੇ ਵੀ ਸੀਗੇ ਕੋਈ ਮੋਬਾਈਲ ਨਹੀਂ ਖੋਇਆ ਗਿਆ ਕੋਈ ਪੈਸੇ ਨਹੀਂ ਖੋਇਆ ਗਿਆ ਇੰਨੀ ਦੇਰ ਵੇਟ ਕਿਉਂ ਕੀਤੀ ਉਹਨਾਂ ਨੇ 6 ਤਰੀਕ ਤੋਂ ਭੱਜਿਆ ਦੇਖੋ ਉਹਨਾਂ ਦਾ ਕਹਿਣਾ ਕਿ ਸਕੂਲ ਦੀ ਆੜ ਵਿੱਚ ਟਰੈਵਲ ਏਜੰਟ ਦਾ ਕੰਮ ਕੀਤਾ ਜਾ ਰਿਹਾ ਇਹ ਕਿੰਨਾ ਕੁ ਸਹੀ ਹੈ ਜੀ ਇਹ ਸਕੂਲ ਦੇ ਜਿੰਨੇ ਵੀ ਪੇਰੈਂਟਸ ਨੇ ਸਾਰਿਆਂ ਨਾਲ ਤੁਸੀਂ ਡਿਸਕਸ਼ਨ ਕਰ ਸਕਦੇ ਹੋ ਸਾਰਿਆਂ ਨੂੰ ਪਤਾ ਬਾਕੀ 12 ਨੇ ਇੱਕ ਇੱਕ ਪੇਰੈਂਟਸ ਸਾਨੂੰ ਜਾਣਦਾ ਔਰ ਇੱਕ ਇੱਕ ਪੇਰੈਂਟਸ ਸਾਨੂੰ ਹਕੀਕਤ ਦੱਸ ਸਕਦਾ ਵੇ ਹੁਣ ਤੁਸੀਂ ਵੀ ਸੁਣਿਆ ਇੱਥੇ ਦੋਵਾਂ ਤਰ੍ਹਾਂ ਦੇ ਇਲਜ਼ਾਮ ਮਾਮਲਾ ਖੈਰ ਪੁਲਿਸ ਕੋਲ ਵੀ ਪਹੁੰਚ ਗਿਆ ਹੈ ਤੇ ਸਿੱਟੇ ਤਾਂ ਇੱਥੇ ਦੋ ਹੀ ਨਜ਼ਰ ਆਉਂਦੇ ਨੇ ਜਾਂ ਤਾਂ ਸਕੂਲ ਵਾਲਿਆਂ ਨੇ ਟਰੈਵਲ ਏਜੰਟੀ ਕਰਕੇ ਫਰਾਡ ਕੀਤਾ ਜਾਂ ਫਿਰ ਲਾਪਤਾ ਹੋਇਆ ਨੌਜਵਾਨ ਗੁਰਸ਼ਰਨਦੀਪ ਹੀ ਸਕੂਲ ਵਾਲਿਆਂ ਨਾਲ ਗੇਮ ਖੇਡ ਗਿਆ ਤੇ ਵੀਜ਼ਾ ਲਗਵਾ ਕੇ ਕਿਤੇ ਹੋਰ ਰਿਸ਼ਤੇਦਾਰ ਕੋਲ ਨਜਾਇਜ਼ ਤੌਰ ਤੇ ਫਰਾਰ ਹੋ ਗਿਆ ਖੈਰ ਵੇਖਣ ਵਾਲੀ ਗੱਲ ਹੈ ਕਿ ਪੁਲਿਸ ਜਾਂਚ ਦੇ ਬਾਅਦ ਇਸ ਮਾਮਲੇ 'ਚ ਕੀ ਸਾਹਮਣੇ ਆਉਂਦਾ ਹੈ ਅਤੇ ਕਿਸ ਦੇ ਖਿਲਾਫ਼ ਕੀ ਕਾਰਵਾਈ ਹੁੰਦੀ ਹੈ ਮਾਛੀਵਾੜਾ ਤੋਂ ਅਨੁਰਾਗ ਸੰਧਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ
ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।